एक बार फोन किया, बच्चे थे के बच्चे खतर मुझे जाने थे, वो तो हाँ चल रही ਸਾਡੇ ਪੋਲਟਰੀ ਫਾਰਮ ਦੇ ਕੰਮ ਕਰਦੇ ਸੀ, ਤਿੰਨ ਫੈਮਲੀ ਰਹਿੰਦੀਆਂ ਜੀ ਇੱਥੇ, ਅਤੇ ਇਹ ਰਾਤੀ ਆਇਆ ਕਹਿੰਦੇ ਸੁੱਤੇ ਅੰਦਰ ਬਈਆ, ਸਵੇਰੇ ਉਠਾਉਣ ਆਇਆ ਕੰਮ ਕੁੰਮ ਕਰਨ ਵਾਸਤੇ 6 ਵਜੇ, ਅਤੇ ਕਹਿੰਦਾ ਵੀ ਆਹ ਵਾਕਿਆ ਹੋਇਆ ਵੀ ਅੰਦਰ, ਇਹਨਾਂ ਸਾਨੂੰ ਫੋਨ ਕੀਤਾ ਅਤੇ ਅਸੀਂ ਫਿਰ ਹੁਣ ਆ ਗਏ। ਕੀ ਗੱਲ ਕੀ ਹੋਈ ਹੈ, ਕਿਵੇਂ ਹਾਲਾਤ ਕੀ ਹੋਏ? ਬਾਰੀ ਹੈ ਜੀ, ਇਹਨਾਂ ਅੰਦਰ ਬੂਰੇ ਵਾਲੀ ਭੱਠੀ ਪਈ ਹੈ ਅਤੇ ਦੋਵੇਂ ਸੀਰੀਅਸ ਹੈਗੇ, ਤਿੰਨ ਬੱਚੇ ਨੂੰ ਜਿਹੜੇ ਮਰ ਗਏ। ਕੀ ਭੱਠੀ ਕਾਰਨ ਲੱਗਦਾ ਆਪਾਂ ਨੂੰ ਮੇਨ? ਇਹ ਭੱਠੀ ਦੇ ਕਾਰਨ ਨਹੀਂ, ਹੋਰ ਤਾਂ ਵੇਖ ਲਓ ਹੈ ਹੀ ਕੁਛ ਨਹੀਂ, ਭੱਠੀ ਹੈ ਬਗਲਦੀ ਮਿਲਦੀ ਪਈ। यहीं पे रहते थे, रात को भट्टी बुट्टी लगा के काम किया, रात ही आया कि सो गया और खाना खाया। मैं सुबह 6 बजे जगा नहीं, जगह ही नहीं, तब मैं गेट जोर से खोला, देखा सारे सीरियस। कितने मेंबर थे और क्या हुआ? 5 मेंबर, 3 बच्चे हैं, 2 माँ बाप थे। कैसी तबीयत है उनकी? अब तो तबीयत उनकी माँ बाप की तो सही सीरियस है, बच्चे मर गए। सुबह कितने बजे की बात है? 6 बजे मैं खोला था गेट। और सवेरे 8 बजे 5 पेशेंट आए, जेड़े 3 बच्चे गए वो ब्रोडेड है गया, तो उन्होंने 2 पेरेंट्स है जेडे अनकॉन्शियस है, उ लग रहा है कि देख के जिमें सह की दिक्कत जिमें कार्बन मोनोऑक्साइड होंगी है, वो संचेत लग रहा मैं तो। बाकी बच्चे तो डेड है जी, तो पेरेंट्स अनकॉन्शियस है। बाकी पेरेंट्स के जेडे उन्होंने जेडे बच्चे के पिता है वो ठीक लग रहे हैं, तो माता थोड़ी सीरीयस हैगी है। इन्हों का इलाज लिए सर हो रहा या रैफर कर रहे हो? जि जिन्ना इतने आपू समझ आया आप सारा करता इलाज, बाकी आप रेफर करता फरीदकोट। इन्हों सर लोगों को की संदेश दोगे? इस तरह की घटना हरेक साल होती है, अंगीठी जलाकर कोई मौतों का कारण हरेकर ही बनती है, एक डॉक्टरी राय की राय दोगे जी? वो तो लोगों को खुद ही देखना चाहिए, इन्ने जिमें बीते समय से इन घटनावान हुई है, तो एक तो आप अंगीठी नहीं बालनी चाहिए कमरे से, एक जे तुम बालोंगे तो घंटा बाल के कमरा खुला छड़े करो, वेंटिलेशन होनी चाहिए है। ਜਿਵੇਂ ਇਹਨਾਂ ਦੇ ਕੋਈ ਕਹਿ ਰਹੇ ਸੀ ਕਿ ਜਮਾਂ ਬੰਦ ਕਮਰਾ ਹੈਗਾ ਸੀ, ਕੋਈ ਵੈਂਟੀਲੇਸ਼ਨ ਨਹੀਂ ਸੀ, ਅਤੇ ਬਾਕੀ ਜਿਹੜੇ ਇਹਨਾਂ ਦੇ ਨਾਲ ਦੇ ਸੀ ਉਹ ਵੀ ਕਹਿ ਰਹੇ ਸੀ ਕਿ ਰਾਤੀ ਇਹਨਾਂ ਨੇ ਅੰਗਿੱਠੀ ਅੰਦਰ ਪਾਈ ਹੈ ਜਿਵੇਂ ਕਮਰੇ 'ਚ, ਅਤੇ ਤਾਂ ਉਹ ਵੀ ਕਹਿ ਰਹੇ ਸੀ ਕਿ ਧੂੰਆਂ ਨਿਕਲ ਰਿਹਾ ਸੀ, ਅਤੇ ਉਹਨੂੰ ਤਾਂ ਉਹੀ ਕਾਰਨ ਲੱਗ ਰਿਹਾ ਜਿਵੇਂ ਕਾਰਬਨ ਮੋਨੋਆਕਸਾਈਡ ਦਾ। ਕਾਰਬਨ ਮੋਨੋਆਕਸਾਈਡ ਹੁੰਦੀ ਹੈ ਜਿਹੜੀ ਆਕਸੀਜਨ ਤੋਂ ਟੋਕਸਿਕ ਹੁੰਦੀ ਹੈ, ਅਤੇ ਉਹ ਚੜ੍ਹ ਜਾਂਦੀ ਹੈ ਬੰਦੇ ਨੂੰ, ਤੇ ਉਹਦੇ ਵਿੱਚ ਬੰਦੇ ਨੂੰ ਪਤਾ ਵੀ ਨਹੀਂ ਲੱਗਦਾ ਕਿ ਕਾਰਬਨ ਮੋਨੋਆਕਸਾਈਡ ਚੜ ਗਈ। ਜਦ ਹੈ ਹਰ ਪਰੇਸ਼ਾਨੀ ਦਾ ਹੱਲ, ਤਾਂ ਕਿਉਂ ਹੋ ਪਰੇਸ਼ਾਨ? ਦੁਖੀ ਭੈਣ ਭਰਾਵਾਂ ਦੇ ਸੱਚੇ ਹਮਦਰਦ ਪੀਕੇ ਆਚਾਰਿਆ, 87-270-93-359। ਤਾਂਤਰਿਕ ਵਿਧੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ, 100% ਗਾਰੰਟੀ ਨਾਲ। ਗੈਟ ਯੋਰ ਐਕਸ ਲਵ ਬੈਕ ਇਨ ਯੋਰ ਲਾਈਫ। ਪਰੇਸ਼ਾਨੀ ਜਿਵੇਂ ਕਿ ਪ੍ਰੇਮ ਵਿਆਹ 'ਚ ਰੁਕਾਵਟ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ, ਵਿਦੇਸ਼ 'ਚ ਪੱਕਾ ਹੋਣਾ, ਔਲਾਦ ਸੁੱਖ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲਾਟੋ ਮੈਚ, ਵਸ਼ੀਕਰਨ ਕਰਵਾਓ ਜਿਸ ਨੂੰ ਚਾਹੋ ਉਸ ਨੂੰ ਆਪਣੇ ਵਸ ਵਿੱਚ ਕਰੋ। ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। 87-270-93-359।